ਸ਼ਿਕਾਇਤ ਜੀ ਤੁਸੀਂ ਦੇਖ ਰਹੇ ਹੋ ਡੇ ਆਊਟ ਵਿਦ ਸੈਲਿਬ੍ਰਿਟੀ ਈਸ਼ਾ ਅੱਜ ਸਾਡੇ ਨਾਲ ਜੁੜੇ ਨੇ ਜੀ ਉਹ ਅਦਾਕਾਰਾ ਜਿਨ੍ਹਾਂ ਦੀ ਕਿਊਟ ਜੀ ਸਮਾਈਲ ਦੇ ਉੱਤੇ ਸਾਰੇ ਫਿਦਾ ਜਿਨ੍ਹਾਂ ਦੀ ਕਿਊਟਨੈਸ ਦੇ ਚਰਚੇ ਅੰਮ੍ਰਿਤਸਰ ਟੂ ਅਮਰੀਕਾ ਦੁਬਈ ਟੂ ਦਿੱਲੀ ਉਹ ਨੇ ਜੀ ਸੁਰੇਲੀ ਅੱਜ ਮੈਂ ਤੁਸੀਂ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਪਿਆਰੇ ਲੱਗ ਰਹੇ ਮਤਲਬ ਇੱਦਾਂ ਦੇ ਕਮੈਂਟਸ ਤਾਂ ਤੁਹਾਨੂੰ ਰੋਜ਼ ਮਿਲਦੇ ਹੋਣਗੇ ਡੇਲੀ ਬੇਸਿਸ ਤੇ ਮਿਲਦੇ ਤਾਂ ਹੈ ਮੈਂ ਠੀਕ ਹੂੰ ਪੀਪਲ ਆਰ ਵੈਰੀ ਕਾਈਂਡ ਇਨਫ ਟੂ ਕੰਪਲੀਮੈਂਟ ਐਂਡ ਦੇ ਕਾਈਂਡ ਆਫ ਇਨਕਰੇਜ ਐਂਡ ਸਪੋਰਟ ਸੋ ਆਈ ਐਮ ਵੈਰੀ ਗ੍ਰੇਟਫੁਲ ਕਿ ਮੈਨੂੰ ਇਨਕਰੇਜਮੈਂਟ ਸਪੋਰਟ ਅਤੇ ਪਿਆਰ ਜ਼ਿਆਦਾ ਮਿਲਦਾ ਹੈ ਹਾਰਡਲੀ ਦੇਰ ਇਜ਼ ਬੀਨ ਐਨੀ ਵਨ ਆਰ ਟੂ ਕਮੈਂਟਸ ਬਟ ਅਦਰਵਾਈਜ਼ ਆਈ ਥਿੰਕ ਆਈ ਐਮ ਪਿਓਰਲੀ ਲਵ ਚਲੋ ਤੁਹਾਨੂੰ ਤਾਂ ਕਮੈਂਟਸ ਡੇਲੀ ਬੇਸਿਸ ਪਰ ਤੁਸੀਂ ਜੇ ਕਿਸੇ ਨੂੰ ਕਮੈਂਟ ਦੇਣਾ ਹੋਵੇ ਕੰਪਲੀਮੈਂਟ ਕਰਨਾ ਹੋਵੇ ਬਹੁਤੇ ਲੋਕਾਂ 'ਚ ਆਪਾਂ ਦੂਰ ਜਾਂਦੇ ਨਹੀਂ ਮੈਂ ਫਿਲਹਾਲ ਮੈਂ ਤੁਹਾਡੇ ਨਾਲ ਬੈਠੀ ਹਾਂ ਜੇ ਤੁਸੀਂ ਮੈਨੂੰ ਕੰਪਲੀਮੈਂਟ ਦੇਣਾ ਤੁਸੀਂ ਕੀ ਕਰੋ ਤੁਹਾਨੂੰ ਕਹਾਂਗੀ ਦੈਟ ਯੂ ਆਰ ਵੈਰੀ ਵੈਰੀ ਬਿਊਟੀਫੁਲ ਟੈਲੈਂਟਡ ਐਨਰਜੈਟਿਕ ਐਂਡ ਵੈਰੀ ਪੈਸ਼ਨੇਟ ਗਰਲ ਬਹੁਤ ਜ਼ਿਆਦਾ ਜਨੂਨ ਹੈ ਤੁਹਾਨੂੰ ਆਪਣੇ ਕਰੀਅਰ ਨੂੰ ਲੈ ਕੇ ਆਪਣੇ ਪੈਸ਼ਨ ਨੂੰ ਲੈ ਕੇ ਐਂਡ ਇਟਸ ਅ ਹਿਊਜ ਬਿਗ ਕੰਪਲੀਮੈਂਟ ਐਂਡ ਆਈ ਥਿੰਕ ਯੂ ਸ਼ੁਡ ਕੀਪ ਫੋਕਸਿੰਗ ਔਨ ਯੋਰ ਕਰੀਅਰ ਔਨ ਯੋਰ ਗੋਲ ਜਿੱਦਾਂ ਤੁਸੀਂ ਕਰਦੇ ਹੋ ਸ਼ੁਕਰੀਆ ਜਨਾਬ ਸ਼ੁਕਰੀਆ ਇਹ ਮੈਂ ਤੁਹਾਡੀ ਜੀ ਆਪਣੀ ਡਿਲੀਵਰੀ ਤਾਰੀਖ ਕਰਾਈ ਤੁਹਾਡੇ ਲਵ ਕਰਦੇ ਹੋ ਡਿਜ਼ਰਵ ਕਰਦੇ ਹੋ ਮੈਮ ਤੁਹਾਨੂੰ ਗੁੜਤੀ ਗੁੜਤੀ 'ਚ ਤੁਹਾਨੂੰ ਅਦਾਕਾਰੀ ਮਿਲੂ ਤੁਹਾਡੇ ਫਾਦਰ ਸਾਹਿਬ ਜਿਹੜੇ ਉਹ ਮਾਨੇ ਤਾਨੇ ਇੱਕ ਇੰਡਸਟਰੀ ਦੇ ਫਾਈਨੈਸਟ ਵਨ ਆਫ ਦੀ ਫਾਈਨੈਸਟ ਡਾਇਰੈਕਟਰ ਤੁਹਾਡੀ ਸਿਸਟਰ ਉਹ ਵੀ ਵੀ ਟਾਊਨ ਦੇ ਸਭ ਤੋਂ ਵੱਡੀ ਅਦਾਕਾਰਾ ਜਿਹਨਾਂ ਦੀ ਫਿਲਮ ਨੂੰ ਲੈ ਕੇ ਲੋਕ ਕ੍ਰੇਜ਼ੀ ਹੁੰਦੇ ਹੈ ਤੇ ਤੁਹਾਨੂੰ ਤੁਹਾਡਾ ਨਾਮ ਰੱਖਿਆ ਗਿਆ ਸੁਰੀਲੀ ਪਰ ਤੁਹਾਡੇ ਵਿੱਚ ਜਿਹੜੇ ਸੁਰ ਨੇ ਉਹ ਗਾਣਿਆਂ ਦੇ ਨਹੀਂ ਉਹ ਅਦਾਕਾਰੀ ਦੇ ਨੇ ਤੁਸੀਂ ਇਸ ਗੱਲ ਤੇ ਕੀ ਕਹਿਣਾ ਚਾਹੁੰਦੇ ਮੈਂ ਬਚਪਨ ਤੋਂ ਹੀ ਮੇਰਾ ਜਿਹੜਾ ਸੀ ਉਹ ਪਾਇਲਟ ਬਣਨ ਦਾ ਸੀ ਆਈ ਵਾਂਟ ਟੂ ਬਿਕਮ ਅ ਪਾਇਲਟ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਿੱਦਾਂ ਉਮਰ ਦੇ ਨਾਲ ਨਾਲ ਤੁਹਾਡੇ ਪੈਸ਼ਨ ਵੀ ਚੇਂਜ ਹੁੰਦੇ ਆ ਤੁਹਾਡੇ ਸਟ੍ਰੀਮਸ ਵੀ ਚੇਂਜ ਹੁੰਦੇ ਆ ਫਿਰ ਹੌਲੀ ਹੌਲੀ ਮੈਂ ਏਅਰ ਹੋਸਟਸ ਸੋਚਿਆ ਫਿਰ ਉਹਦਾ ਵੀ ਕੋਰਸ ਕੀਤਾ ਉਹਦੀ ਵੀ ਪੜ੍ਹਾਈ ਕੀਤੀ ਫਿਰ ਉਸ ਤੋਂ ਬਾਅਦ ਦੈਨ ਦੇਰ ਵਾਜ਼ ਅ ਟਾਈਮ ਵੈਨ ਆਈ ਵਾਂਟਡ ਟੂ ਬਿਕਮ ਅ ਟੀਚਰ ਬਿਕੋਜ਼ ਮੈਂ ਆਪਣੇ ਸਕੂਲ ਨੂੰ ਹਮੇਸ਼ਾ ਹੀ ਰਿਪ੍ਰਜੈਂਟ ਕੀਤਾ ਮੈਂ ਬਹੁਤ ਕੋਕਰੀਕੁਲਰ ਸੀ ਬਹੁਤ ਅੱਗੇ ਰਹੀ ਹਾਂ ਵੈਦਰ ਥੀਏਟਰ ਵੈਦਰ ਇਜ਼ ਡਾਂਸਿੰਗ ਵੈਦਰ ਇਜ਼ ਸਿੰਗਿੰਗ ਵੈਦਰ ਇਜ਼ ਐਨੀਥਿੰਗ ਸੋ ਦੇਰ ਵਾਜ਼ ਅ ਟਾਈਮ ਜਦ ਮੈਂ ਗਾਣਾ ਗਾਣਾ ਸੋਚਿਆ ਸੀ ਦੈਟ ਆਈ ਬਿਕਮ ਅ ਸਿੰਗਰ ਬਟ ਫਿਰ ਆਈ ਥਿੰਕ ਇਟ ਵਾਜ਼ ਡੈਸਟੀਨੀ ਕਿ ਆਈ ਵਾਜ਼ ਜਸਟ ਹਾਰਡਲੀ ਅਵਰ ਮੈਨੂੰ ਲੱਗਦਾ ਸੀ ਕਿ ਅਸੀਂ ਜਿਹੜੇ ਮਤਲਬ ਏਦਾਂ ਬਿਲਕੁਲ ਸਿੰਪਲ ਬੈਕਗ੍ਰਾਉਂਡ ਤੋਂ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੇ ਡ੍ਰੀਮ ਜਿਹੜੇ ਹੁੰਦੇ ਆ ਚੇਂਜ ਹੁੰਦੇ ਨੇ ਬਹੁਤ ਵਧੀਆ ਲੱਗੀ ਮੈਂ ਰਿਲੇਟ ਕਰ ਸਕਦੀ ਹਾਂ ਤੁਹਾਡੇ ਨਾਲ ਕਿਉਂਕਿ ਪਹਿਲਾਂ ਮੈਂ ਸੋਚਦੀ ਸੀ ਕਿ ਮੈਂ ਜਾਊਂਗੀ ਮਿਲਟਰੀ ਵਿੱਚ ਕਿਉਂਕਿ ਮੈਂ ਦੇਸ਼ ਲਈ ਬਸ ਸਹੀ ਕਰਨਾ ਬਹੁਤ ਕਰਨਾ ਫਿਰ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਰਹੀ ਤੇ ਮੇਰੇ ਡ੍ਰੀਮਸ ਵੀ ਚੇਂਜ ਹੁੰਦੇ ਨੇ ਨਹੀਂ ਇਹ ਸਭ ਦੇ ਨਾਲ ਹੁੰਦਾ ਆਈ ਥਿੰਕ ਏਜ ਆਈ ਥਿੰਕ ਹਰ ਕੋਈ ਸੋਚਦਾ ਹੈ ਕਿ ਹੁਣ ਮੈਂ ਆ ਬਣ ਜਾਂਦੀ ਹਾਂ ਹੁਣ ਮੈਂ ਆ ਬਣ ਜਾਂਦੀ ਹਾਂ ਆਈ ਥਿੰਕ ਚੇਂਜਸ ਬਟ ਦੈਨ ਇਵੈਂਚੁਅਲੀ ਡੈਸਟੀਨੀ ਹੈਜ਼ ਦ ਬਿਗੈਸਟ ਰੋਲ ਟੂ ਪਲੇ ਜਿਹੜਾ ਤੁਹਾਡੀ ਡੈਸਟੀਨੀ ਚ ਹੋਏਗਾ ਇਹ ਬਸ ਬਿਲਕੁਲ ਸਹੀ ਕਹੀ ਹੈ ਇਹਨਾਂ ਨੂੰ ਤੇ ਹੁਣ ਮੈਂ ਜੇਕਰ ਗੱਲ ਕਰਾਂ ਤੁਹਾਡੇ ਨੇਚਰ ਦੀ ਠੀਕ ਹੈ ਜਿਵੇਂ ਹੁਣ ਆਪਾਂ ਜੇ ਕੇਸ ਦੀ ਗੱਲ ਕਰੀਏ ਜਾਂ ਹੁਣਾਂ ਦੀ ਗੱਲ ਕਰੀਏ ਬਹੁਤ ਡਿਸਟਰਬ ਟਾਈਪ ਦੇ ਹੋ ਪਰ ਤੁਸੀਂ ਤੁਹਾਡੇ ਨਾਲ ਜਿਹੜੀ ਵਾਈਬ ਆਉਂਦੀ ਹੈ ਨਾ ਫਰੈਂਡਲੀ ਵਾਈਬ ਆਉਂਦੀ ਹੈ ਤੇ ਬੜੇ ਤੁਸੀਂ ਫਨ ਲਵਿੰਗ ਹੋ ਹਰ ਇੱਕ ਨਾਲ ਮਤਲਬ ਅਸੀਂ ਸੈੱਟ ਤੇ ਵੀ ਜਦੋਂ ਤੁਹਾਨੂੰ ਕਦੇ ਵੇਖ ਕੇ ਲੈ ਤੁਸੀਂ ਬੜੇ ਠਾਕੇ ਮਾਰ ਮਾਰ ਕੇ ਹੱਸਦੇ ਹੋ ਬੜੇ ਪਿਆਰ ਨਾਲ ਹਰ ਇੱਕ ਨਾਲ ਗੱਲਾਂ ਬਾਤਾਂ ਕਰਦੇ ਹੋ ਨਾ ਬੜੇ ਐਕਸਟ੍ਰੋਵਰਟ ਤੇ ਤੁਹਾਨੂੰ ਕਿੱਦਾਂ ਫੀਲ ਹੁੰਦਾ ਨਾ ਈਵਨ ਮਾਈ ਫਾਦਰ ਆਈ ਥਿੰਕ ਉਹ ਡਿਪੈਂਡ ਕਰਦਾ ਬਿਕੋਜ਼ ਆਈ ਥਿੰਕ ਸਾਰੇ ਕਿਹੇ ਹੋ ਵੀ ਜੀ ਹੁੰਦੀ ਹੈ ਵੈਰੀ ਕੈਨ ਜਸਟ ਰਿਲੈਕਸ ਯੂ ਕੈਨ ਬੀ ਯੋਰ ਸੈਲਫ ਐਂਡ ਯੂ ਨੋ ਦੇਰ ਨੋ ਜਜਮੈਂਟ ਸੋ ਬਟ ਮੈਂ ਜਿਹੜੀ ਹੈਗੀ ਹਾਂ ਉਹ ਮੈਂ ਘਰੇ ਵੀ ਇੱਦਾਂ ਹੀ ਹਾਂ ਮੈਂ ਬਾਹਰ ਵੀ ਇੱਦਾਂ ਹੀ ਹਾਂ ਆਈ ਐਮ ਲਾਈਕ ਕੰਪਲੀਟ ਜਿਹੜਾ ਮੇਰੇ ਦਿਲ 'ਚ ਆ ਉਹ ਮੇਰੇ ਬਾਹਰ ਉਹ ਮੇਰੇ
which is not good also. Ajkal the time they waste because people take you lightly for granted, but otherwise that's my nature. That I am like, chill out, I don't care. Haan, main unke bahut hi nahi hai. I'm a next door girl. I'm a next door girl. Jo main hai, main yahi hoon. Very nice. So, jadon tusi gal karde ho, film di career starting. मैं बहुत अप डाउन बहुत हार्ड वर्क था बहुत सो आफ्टर दैट देन इन सेकंड ईयर आई डिड मेरे फादर नेचर भी बड़ी पॉपुलर ऐसा भी है कि है बच्ची है बचपना है यू नो सो माय फादर वाज नॉट वेरी क्लीन बट ही नेवर सेड कि नहीं कुछ नहीं करना बट ही शोड हिज कंसर्न बट माय मदर माय मॉम वाज वेरी वेरी कि नहीं करना है या मी वाज आल्सो नॉट वेरी क्लीन बिकॉज मेरे को बड़ी है कि शी इज वेरी प्रोटेक्टिव मैन एक्सट्रीमली प्रोटेक्टिव सो शी आल्सो हैड दैट इनहिबिशन यू नो शी वाज किड Then she'll be able to survive in a very somebody professional atmosphere, that environment, that workspace, you know, because I'm a very pampered child. They all concerns it, but my mom was very supportive and my mom was completely, you know, you have to do it. If you got an opportunity, you will not do it. Then I went. ਕਦੇ ਏਦਾਂ ਹੋਇਆ ਕਿ ਘਰੇ ਬੈ ਕੇ ਤੁਹਾਨੂੰ ਕਰ ਰਹੇ ਹੋ ਕਿਸ ਮੁੰਡਾ ਚ ਤੁਸੀਂ ਸੁਣਿਆ ਨਹੀਂ ਤੂੰ ਇੱਥੇ ਕਰ ਇਹ ਰੋਲ ਨਹੀਂ ਕਰ ਏਦਾਂ ਦਾ ਕੋਈ ਇੰਸੀਡੈਂਟ ਹੋਇਆ ਏਦਾਂ ਦਾ ਫਿਕਰ ਵੀ ਹੋਇਆ ਬਟ ਅਦਰਵਾਈਜ਼ ਪਾਪਾ ਇਜ਼ ਵੈਰੀ ਪਰਟੀਕੁਲਰ ਸਾਡੇ ਕੰਮ ਨੂੰ ਲੈ ਕੇ ਕੇ ਵਰਕਆਊਟ ਮਿਸ ਹੋ ਗਿਆ ਪਾਪਾ ਵਿਲ ਬੀ ਵੈਰੀ ਵੈਰੀ ਫਰਮ ਦੈਟ ਦੈਟਸ ਯੋਰ ਜੋਬ ਯੂ ਹੈਵ ਟੂ ਲੁੱਕ ਗੁੱਡ ਯੂ ਹੈਵ ਟੂ ਵਰਕ ਔਨ ਯੋਰ ਫਿਟਨੈਸ ਯੂ ਕਾਂਟ ਈਟ ਐਨੀਥਿੰਗ ਐਂਡ ਐਵਰੀਥਿੰਗ ਤੁਹਾਨੂੰ ਆਪਣਾ ਖਿਆਲ ਰੱਖਣਾ ਹੈ ਸੁਪਰ ਫੇਟ ਵੀ ਤੁਸੀਂ ਸੈਟ मैं कुछ ना कुछ ना सब कुछ खाती हूँ मैं आई एवरीथिंग मैं चुप के खाती हूँ आई एम नॉट अ पर्सन मैं करे नहीं पापा ने आई कांट नहीं साडे जेडे घर दे हुंदे ना ओ कहंदे इत्थे इत्थे नहीं जाना उत्थे नहीं जाना खान नु जो मर्जी खाओ पर इन्ना दे घर दे कहंदे वी खाना नहीं है बाकी उच्च ओनली ओनली माय फादर माय मॉम इज कंप्लीटली ऑपोजिट जेडी सब की मम्मी होती है कि सारी मम्मी एको खाओ They fathers usually concern. I think some fathers are a little more practical,
little more calm than like I think some of the parents my mother is like any other study mummy ji ne tanu kuch karegi beta khao beta ki kar rahe ho that concern but my jo papa hai unhonu concern se focus the industry work so that perspective is very important okay papa na isha se ki type kare okay yeah yeah acha hun tusi ki karna hai मैं तो न्यू नेम पूछ रही हूँ सब तो पहला पता क्या मेल कर फिर उसके बाद फीमेल क्योंकि उन्होंने निकनेम दे तो आपको उन्होंने निकनेम ओके मैं कुछ सोच रही हूँ तुम सोचो ओके तो फर्स्ट वन जस्ट दी आई थिंक करंट की कमांडी में जितना गाना से निकल ले करंट पे यार तो यार करंट निकने कर अन्ना के निकने करंट एक तरह क्या ओके जिस सिग्नल में हम इस तरफ से दिशा से देना चाहेंगे क्यों ना तो निकने पाएंगे करंट ओके सेकंड एंड म्यूजिक आई एम नॉट गुड एट दिस आई मीन बट यू हैव टू डू आई मीन बट मैं आई मीन वैसे ना निकनेम है गए आई एम स्केलेटन आई एम आयुष दिल 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 काट के ले जाने में प्यारा ना दिल काट के ले जाने में ना ही तो दिल लग गया तो लग गया दिल विल बी नाइस नाइस वेरी नाइस बड़े चंगी तरह तो स्मार्ट प्ले किया चलो हम अपन ने फीमेल से सब तो पहला नीरू का नीरू ऑल्सो सिंस नो 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 तो से हरे की नुआ नहीं कैसे नीरा नीरा वॉर्म ओके मैंडी मैंडी तो निकनेम यार उन्हें इधर मैंडी की कहा मैंस मैंस यार यार या बिल्कुल भी यार नहीं है यार मैन मैंस ओके सर्कुल सर्कुल तकी से देंगे सर फिर हो गया जितना तुम अड़को फेमस आज करना पीली छोटे छोटे दस रहे सोचना नहीं आई बात क्या वॉट आई तो बात अच्छा मैंने लगा तेरे ओके मैंने लगा तेरे ਹੁਣ ਆਪਾਂ ਇੱਕ ਮਤਲਬ ਸਿਚੁਏਸ਼ਨ ਦਿੰਨੇ ਆ ਜਿਵੇਂ ਆਪਾਂ ਟਰਸ ਐਂਡ ਡੇਟ ਖੇਡਦੇ ਆ ਇੱਕ ਸਿਚੁਏਸ਼ਨ ਹੈ ਤੁਸੀਂ ਰਾਤ ਨੂੰ ਤੁਹਾਡਾ 3 ਵਜੇ ਨਾ ਦਿਲ ਕਰ ਰਿਹਾ ਕਿਸੇ ਸਿੰਗਰ ਤੋਂ ਗਾਣਾ ਸੁਣਨ ਦਾ ਰੋਮਾਂਟਿਕ ਗਾਣਾ ਤੁਸੀਂ ਦੱਸੋ ਤੁਸੀਂ ਕਿਹੜੇ ਸਿੰਗਰ ਨੂੰ ਫੋਨ ਕਰੋ ਆਦਿਕ ਵਧੀਆ ਪਰ ਹੋ ਜਾ ਤੁਹਾਡੇ ਅੱਜ ਕਿਹੜਾ ਗਾਣਾ ਸੁਣਨ ਵਾਲਾ ਮੋਨਾ ਦਾ ਸੁਣਾ ਤਾ
ਤੇ ਜੇਕਰ ਤੁਹਾਨੂੰ ਸੈਡ ਸੌਂਗ ਸੁਣਨਾ ਚਾਹੀਦਾ ਸੈਡ ਸੌਂਗ ਅਰੀਜੀਤ ਜੇਕਰ ਆਪਾਂ ਗੱਲ ਕਰੀਏ ਸੈਡ ਸੌਂਗ ਤੇ ਤੁਸੀਂ ਰਾਤ 3 ਵਜੇ ਕਿਹਨੂੰ ਕਾਲ ਕਰੋਗੇ ਤੇ ਮੈਨੂੰ ਸੈਡ ਸੌਂਗ ਸੈਡ ਸੌਂਗ ਅਰੀਜੀਤ ਕਿਹੜਾ ਗੱਲ ਕੋਈ ਵੀ ਅਰੀਜੀਤ ਆਈ ਲਵ ਆਲ ਹਿਸ ਸੌਂਗਸ ਚੰਨਾ ਮੇਰਿਆ ਹੋਰ ਕੀ ਕਲੰਕ ਫਿਲਮ ਦੇ ਸੌਂਗ Yeah, I think all the songs are great. Very nice. Bada maza aaya tode naal Isha's favorite fight khel ke. Yes. Mainu vi bahut bahut zyada maza aaya. Edda de interviews fun je bade energetic, bade energy je hunde. Te mainu bahut maza aaya. Acha, main na jive hun apna social media dekhde. Acha jehde celebrity ho, bahut ਜਿੱਥੇ ਤੁਹਾਨੂੰ ਸੋਸ਼ਲ ਮੀਡੀਆ ਸਾਡੇ ਟੈਲੈਂਟ ਨੂੰ ਵੀ ਦਿਖਾ ਸਕਦਾ ਲਾਈਕ ਸਮ ਕਾਮਨ ਪਰਸਨ ਕਿੰਨਾ ਸੋਸ਼ਲ ਮੀਡੀਆ ਦੇ ਤੁਹਾਨੂੰ ਪਤਾ ਲੱਗਦਾ ਲੋਕਾਂ ਦੀ ਕਿੰਨਾ ਟੈਲੈਂਟ ਯੂ ਨੋ ਸੰਬਡੀ ਐਕਸਟ੍ਰੀਮਲੀ ਗੁੱਡ ਇਨ ਸਿੰਗਿੰਗ ਔਰ ਡਾਂਸਿੰਗ ਔਰ ਐਕਟਿੰਗ ਔਰ ਐਨੀ ਗੇਮ ਐਨੀ ਯੂ ਨੋ ਐਨੀਥਿੰਗ ਆਈ ਮੀਨ ਸੋਸ਼ਲ ਮੀਡੀਆ ਦੇ ਥਰੂ ਤੁਹਾਨੂੰ ਰੈਂਡਮਲੀ ਪਤਾ ਲੱਗਦਾ ਕਿ ਓ ਮਾਈ ਗੋਡ ਇੰਨਾ ਟੈਲੈਂਟ ਹੈ ਦੈਟ ਇਜ਼ ਅ ਪਲੱਸ ਪੁਆਇੰਟ ਕਿ ਤੁਸੀਂ ਨਜ਼ਰਾਂ 'ਚ ਆ ਜਾਂਦੇ ਹੋ ਈਵਨ ਅ ਰੈਂਡਮ ਕਾਮਨ ਮੈਨ ਲਾਈਕ ਚਾਂਦਾ ਬਹੁਤ ਬੜੀ ਚੰਗੀ ਮੌਸਮ ਹੈ ਯੈਸ ਐਬਸੋਲੂਟਲੀ ਬਟ ਉਹਦੇ ਜਿਹੜੇ ਆਪਾਂ ਨੈਗੇਟਿਵ ਦੇਖੀਏ ਤਾਂ ਉਹ ਵੀ ਬਹੁਤ ਆਈ ਮੀਨ ਬਿਕੋਜ਼ ਐਵਰੀਬਡੀ ਇਜ਼ ਔਨ ਸੋਸ਼ਲ ਮੀਡੀਆ ਤੁਸੀਂ ਕਿਤੇ ਨਾ ਕਿਤੇ ਤੁਹਾਡੇ ਲਈ ਬੜਾ ਡੈਟਰੇਟਿੰਗ ਜਿਹਾ ਹੋ ਜਾਂਦਾ ਸੋ ਆਈ ਥਿੰਕ ਇਟਸ ਵੈਰੀ ਲਾਈਕ ਟ੍ਰੋਲਿੰਗ that always maintain a balance don't get too much into the phase of social media or anything just maintain your balance but immediately wherever you feel that no I don't need to see this pehla apa utte hi phone check kar liya hai na sare utte hi now I've started kind of I've started kind of detox I mean apne aap mein is cheez naal I've started doing that utte hi phone nahi chalta detox karne ki koshish kar raha hai now it's like I'm trying to maintain that and get that routine in my life ki utte hi so cut jinna apni photo upload kiti apna kitna bas I personally don't check accounts main nahi karti there was a time when I used to keep myself updated kaun ki kar raha hai what is happening up to date rehna now I don't do main kisi aur ke accounts I don't ਇੱਕ ਨਾ ਮੈਨੂੰ ਬੜੀ ਗੱਲ ਨੂੰ ਸਟ੍ਰਾਈਕ ਕੀਤੀ ਮਾਈਂਡ 'ਚ ਕਿ ਜਿਵੇਂ ਤੁਸੀਂ ਵੀ ਸੈਲੀਬ੍ਰੇਟ ਹੋ ਹੋ ਤੁਹਾਡੇ ਸਿਸਟਰ ਵੀ ਸੈਲੀਬ੍ਰੇਟ ਹੋ ਦੋਵਾਂ ਦੇ ਵੈਰੀਫਾਈਡ ਅਕਾਊਂਟ ਹੈ ਤੁਸੀਂ ਕਦੇ ਐਂ ਦੇਖਦੇ ਹੋ ਵੀ ਯਾਰ ਮੇਰੇ ਫੋਲੋਅਰ ਜਿੰਨੇ ਜ਼ਿਆਦਾ ਕਿਉਂ ਆ ਮਤਲਬ ਉਹ ਕਦੇ ਇੰਸਟਾ ਆਈਡੀ ਚੈੱਕ ਕਰਨੀ ਹੈ ਉਹ ਚੈੱਕ ਕਰਦਾ ਹੁੰਦਾ ਕਦੀ ਵੀ ਨਹੀਂ ਬਿਕੋਜ਼ ਉਹ ਹੀ ਸੋਸ਼ਲ ਮੀਡੀਆ ਨੂੰ ਇੰਨੀ ਇੰਪੋਰਟੈਂਸ ਨਹੀਂ ਦੇਦੀ we don't give even yami love and I learned this from her so we don't give importance to social media to that extent sirf kam tada agge aana chahiye on your social media what you're doing how you're looking all of that is important but just to the limit we don't cross the line then theek rehnda hai tada peace maintain rehnda hai na otherwise things stop to bother Because so much is happening everywhere. Yeah. Everything is on social media. So I think it's important to maintain your peace. Yeah, right. So, Jehan, I'm going to talk about this. It's been a long time since this time. People are very depressed. Anxiety issues. Very disorders. And I'm just talking about this. I'm talking about this seasonal anxiety. ਪਰ ਉਹ
ज्यादा लाइमलाइट नहीं है। आई थिंक नाउ एवरी अनदर पर्सन इज डीलिंग विद डिप्रेशन, सैडनेस, एंजाइटी। इट्स जस्ट दैट दे बीइंग अ सेलिब्रिटी किसी के बारे गल करते थे जरा कॉमन, यू नो, लेडीज वर्किंग आम जी जनता हैगी है, लेडीज वर्किंग इन देयर हाउसेस, गोइंग टू देयर जॉब, कमिंग बैक होम, टेकिंग देयर चिल्ड्रन, घर संभालना, गाँव चले जाओ, पिंड चले जाओ। आई थिंक एवरी पर्सन, एवरी वुमन और एवरी पर्सन, मैन और वुमन, एवरी सेकेंड पर्सन दिस पर्सन दे आर फेसिंग दिस सैडनेस और दिस प्रॉब्लम। और बट सिंस बीइंग अ सेलिब्रिटी ओवर योर लाइमलाइट आ जाता है, यू नो, यू हैव अ प्लेटफॉर्म टू टॉक अबाउट, बट आई रियली फील सैड फॉर पीपल हु doesn't have a, you know, platform and they don't know ki kidam karna, they don't have this platform to actually express their feelings or their good experience, bad experience. It's very important My family doesn't let me, even if I'm breaking down or even if I'm at my lowest point and feeling sad, I mean, that's what I'm extremely blessed that my family. That's why you have a mentor. God's child. Absolutely. Because when a lot of times I'm extremely blessed that they could be very holy, be holy. That's what, because the constant guidance I give to my family, Ami and Yami, that's what, we're extremely close. So I have that guidance from her, constant guidance. You know, she doesn't let me fall at all. So I think your family plays a very important role in keeping your calm and maintaining your peace. So that's what I'm extremely blessed at. मेरे लिए बहुत ही ज्यादा डिफरेंट एक्सपीरियंस है, डिफरेंट जॉनर है, इट्स आउटस्टैंडिंग द स्क्रिप्ट टीम है कि एक्सट्रीमली टैलेंटेड एंड मैं कभी कॉमेडी नहीं की थी, सो दिस इज लाइक द फर्स्ट एक्सपीरियंस एंड आई एम सो थ्रिल्ड एंड आई एम सो एक्साइटेड बट नर्वस। सो हले आ रहे हैं, फरीदाबाद फिल्म है वो आन गया, सो आई थिंक हॉली हॉली इट्स बेटर अनाउंस एज पर शेड्यूल। thank you so much, keep moving